ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਦੇ ਹਸਪਤਾਲਾਂ 'ਚ ਹਿਮਾਚਲ ਦੇ ਮਰੀਜ਼ਾਂ ਦਾ ਮੁਫਤ ਇਲਾਜ ਪੂਰੇ ਸੂਬੇ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਲਾਭ ਜੇ ਤੁਹਾਡਾ ਵਿਆਹ ਹੋਇਆ ਹੈ ਤਾਂ ਸਰਕਾਰ ਤੁਹਾਨੂੰ ਦੇਵੇਗੀ 72000 ਰੁਪਏ ਬਸ ਕਰਨਾ ਪਵੇਗਾ ਇਹ ਕੰਮ ਫਲਿੱਪਕਾਰਟ ਤੇ ਲੱਗੀ ਦਮਦਾਰ ਸੇਲ ਸਿਰਫ 750 ਰੁਪਏ ਵਿੱਚ ਮਿਲ ਰਿਹਾ ਹੈ 10000 ਰੁਪਏ ਵਾਲਾ smartphones ਬਿਹਾਰ ਵਿੱਚ ਟੁੱਟ ਸਕਦਾ ਹੈ ਜੀਡੀਯੂ ਭਾਜਪਾ ਗੱਠਜੋੜ ਕਾਂਸਲਰ ਮਿਲ ਕੇ ਸਰਕਾਰ ਬਣਾਉਣ ਦੀ ਤਿਆਰੀ ਚ ਨਦੀਸ਼ ਕੁਮਾਰ ਪੰਜਾਬ ਦੇ ਜ਼ਿਲ੍ਹੇ ਚ 9 ਅਗਸਤ ਦੀ ਛੁੱਟੀ ਦਾ ਐਲਾਨ ਸਕੂਲ ਕਾਲਜ ਰਹਿਣਗੇ ਬੰਦ ਖੇਤੀ ਕਾਨੂੰਨਾਂ ਮਗਰੋਂ ਮੋਦੀ ਸਰਕਾਰ ਚੌਪ ਚਪੀਤੇ ਲਿਆ ਰਹੀ ਹੈ ਬਿਜਲੀ ਸੋਧ ਬਿੱਲ ਕੀ ਕਿਸਾਨਾਂ ਤੇ ਆਮ ਲੋਕਾਂ ਤੋਂ ਖੁਸੇਗੀ ਮੁਫਤ ਬਿਜਲੀ ਦੀ ਸਹੂਲਤ ਪੰਜਾਬ ਚ ਲੰਪਿਸਕਨ ਦਾ ਵਧਿਆ ਕਹਿਰ ਵਿਗੜਦੇ ਹਾਲਾਤ ਵਿੱਚ ਸਰਕਾਰ ਨੇ ਲਿਆ ਅਹਿਮ ਫੈਸਲਾ ਗੁਰਪਤਵੰਤ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ ਕੌਮੀ ਝੰਡਾ ਲਹਿਰਾਇਆ ਤਾਂ ਅੰਜਾਮ ਬੁਰਾ ਹੋਵੇਗਾ ਖਾਣਾ ਪਕਾਉਣ ਵਾਲਾ ਤੇਲ ਹੋਇਆ ਸਸਤਾ ਜਲਦੀ ਹੀ 10 ਰੁਪਏ ਹੋਰ ਘਟੇਗੀ ਕੀਮਤ ਹੁਣ 7500 ਰੁਪਏ ਵਿੱਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ ਜਲਦੀ ਕਰੋ ਅਪਲਾਈ ਕੇਂਦਰ ਵੱਲੋਂ ਰਚਨਕਰ ਜਾਰੀ ਕਰ ਲੈ ਨਵੇਂ ਰਜਿਸਟ੍ਰੇਸ਼ਨ ਸੇਵਾ ਦੀ ਸ਼ੁਰੂਆਤ ਆ ਦੋਸਤੋ ਇਸsing ਆਪਣੀਆਂ ਇਸ ਵਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਜੀ ਕਿ ਪੰਜਾਬ ਦੇ ਹਸਪਤਾਲਾਂ 'ਚ ਹਿਮਾਚਲ ਦੇ ਮਰੀਜ਼ਾਂ ਦਾ ਮੁਫਤ ਇਲਾਜ ਪੂਰੇ ਸੂਬੇ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ ਲਾਭ ਦੋਸਤੋ ਪੰਜਾਬ 'ਚ ਪਿਛਲੇ ਕਈ ਮਹੀਨੇ ਤੋਂ ਆਯੂਸ਼ਮਾਨ ਸਕੀਮ ਤਹਿਤ ਗਰੀਬ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ ਹੈ ਇਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਪ੍ਰਾਈਵੇਟ ਹਸਪਤਾਲ ਸਰਕਾਰ ਤੇ ਇਸ ਸਕੀਮ ਤਹਿਤ ਇਲਾਜ ਨਾ ਕਰਵਾਉਣ ਦਾ ਇਲਜ਼ਾਮ ਲਗਾ ਰਹੇ ਨੇ ਸਰਕਾਰ ਅਤੇ ਡਾਕਟਰਾਂ ਦੇ ਇਸ ਸੰਘਰਸ਼ ਵਿੱਚ ਆਮ ਲੋਕ ਪੀਸ ਰਹੇ ਨੇ ਤੇ ਮਰੀਜ਼ ਸਸਤੇ ਇਲਾਜ ਨੂੰ ਤਾਸ ਰਹੇ ਨੇ ਕੁਝ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਸਕੀਮ ਤਹਿਤ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਮਰੀਜ਼ ਰੋਜ਼ਾਨਾ ਇਸ ਸਕੀਮ ਤਹਿਤ ਇਲਾਜ ਲਈ ਹਸਪਤਾਲ ਪਹੁੰਚ ਰਹੇ ਨੇ ਪਰ ਉਨ੍ਹਾਂ ਦੇ ਪੱਲੇ ਜਿਹੜੀ ਨਿਰਾਸ਼ਾ ਹੀ ਪੈ ਰਹੀ ਹੈ ਇਸ ਸਕੀਮ ਤਹਿਤ ਨਾ ਸਿਰਫ ਪ੍ਰਾਈਵੇਟ ਹਸਪਤਾਲਾਂ ਸਗੋਂ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵੱਲੋਂ ਵੀ ਕਰੋੜਾਂ ਰੁਪਏ ਬਕਾਇਆ ਨੇ ਹੈਰਾਨੀ ਦੀ ਗੱਲ ਇਹ ਕਿ ਸਕੀਮ ਤਹਿਤ ਹਿਮਾਚਲ ਤੋਂ ਪੰਜਾਬ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦਾ ਹਸਪਤਾਲ ਵੱਲੋਂ ਇਲਾਜ ਕੀਤਾ ਜਾ ਰਿਹਾ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਹਸਪਤਾਲਾਂ ਨੂੰ ਹਿਮਾਚਲ ਸਰਕਾਰ ਤੋਂ ਇਸ ਸਕੀਮ ਤਹਿਤ ਪੈਸੇ ਮਿਲ ਰਹੇ ਨੇ ਹੁਣ ਇਸ ਨੂੰ ਪੰਜਾਬ ਸਰਕਾਰ ਦੀ ਅਣਗਹਿਲੀ ਕਹੋ ਜਾਂ ਕੁਝ ਹੋਰ ਪਰ ਪੰਜਾਬ ਦੇ ਲੋਕ ਇਸ ਸਕੀਮ ਦਾ ਲਾਭ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਜੇ ਤੁਹਾਡਾ ਵਿਆਹ ਹੋਇਆ ਹੈ ਤਾਂ ਸਰਕਾਰ ਤੁਹਾਨੂੰ ਦੇਵੇਗੀ 72000 ਰੁਪਏ ਬਸ ਕਰਨਾ ਹੋਵੇਗਾ ਇਹ ਕੰਮ ਦੋਸਤੋ ਜੇ ਤੁਸੀਂ ਵਿਆਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਮੋਦੀ ਸਰਕਾਰ ਨੇ ਵਿਆਹੇ ਜੋੜਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਵਿਆਹੇ ਜੋੜਿਆਂ ਨੂੰ ਕੇਂਦਰ ਸਰਕਾਰ ਵੱਲੋਂ 72000 ਰੁਪਏ ਦੀ ਵਿੱਤੀ ਸਹਾਇਤਾ ਆ ਦਿੱਤੀ ਜਾਵੇਗੀ ਹਾਲਾਂਕਿ ਅਸਲ ਵਿੱਚ ਸਾਰੇ ਵਿਆਹੇ ਜੋੜਿਆਂ ਨੂੰ 200 ਰੁਪਏ ਪ੍ਰਤੀ ਮਹੀਨਾ ਜਮਾ ਕਰਵਾਉਣੇ ਹੋਣਗੇ ਦੱਸਦੇ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਤਹਿਤ ਇਹ ਜੋਇਨਾ ਸ਼ੁਰੂ ਕੀਤੀ ਸੀ ਇਸਕੀਮ ਦੇ ਮਤਵ ਵਿੱਚ ਰਜਿਸਟਰ ਕਰਨ ਲਈ ਤੁਹਾਡੇ ਲਈ ਇੱਕ ਬੈਂਕ ਖਾਤਾ ਜਾਂ ਜਨਤਨ ਖਾਤਾ ਤੇ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਇਸ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕੁਝ ਹੀ ਮਿੰਟਾਂ ਵਿੱਚ ਪੂਰੀ ਹੋ ਜਾਂਦੀ ਹੈ ਸਕੀਮ ਦੇ ਮਤਲਬ ਜੇ ਕੋਈ ਵਿਅਕਤੀ 30 ਸਾਲਾਂ ਦੇ ਹੈ ਤੇ ਉਸ ਨੂੰ ਇਸ ਸਕੀਮ ਵਿੱਚ 100 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਹੋਵੇਗਾ ਭਾਵ ਇੱਕ ਸਾਲ ਵਿੱਚ 1200 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ ਇਸੇ ਤਰ੍ਹਾਂ 60 ਸਾਲ ਦੀ ਉਮਰ ਤੱਕ ਤੁਹਾਡੇ ਕੋਲ 36000 ਰੁਪਏ ਦੀ ਰਾਸ਼ੀ ਸਰਕਾਰ ਕੋਲ ਜਮ੍ਹਾਂ ਹੋ ਜਾਵੇਗੀ ਇਸ ਦੇ ਆਧਾਰ ਤੇ ਤੁਹਾਨੂੰ ਹਰ ਮਹੀਨੇ 3000 ਰੁਪਏ ਅਬ ਦੀ ਪੈਨਸ਼ਨ ਮਿਲੇਗੀ ਰੱਬ ਨਾ ਕਰੇ ਜੇ ਤੁਹਾਨੂੰ ਕੁਝ ਵੀ ਹੋ ਜਾਵੇ ਦਾ ਨਾਮਜਨ ਪਤੀ ਪਤਨੀ ਨੂੰ ਹਰ ਮਹੀਨੇ 1500 ਰੁਪਏ ਇਸ ਪੈਨਸ਼ਨ ਦਾ ਅੱਧਾ ਮਿਲਣ ਦੀ ਗਾਰੰਟੀ ਹੈ ਫਲਿੱਪਕਾਰਟ ਤੇ ਲੱਗੀ ਦਮਦਾਰ ਸੇਲ ਸਿਰਫ 750 ਰੁਪਏ ਚ ਮਿਲ ਰਿਹਾ ਹੈ 10000 ਰੁਪਏ ਵਾਲਾ ਸਮਾਰਟਫੋਨ ਹੁਣ ਤਿਹਾੜਾ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜੀ ਇਸ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ ਫਲਿੱਪਕਾਰਟ ਉਤੇ ਧਮਾਕੇਦਾਰ ਸੇਲ ਦਾ ਸਾਰਾ ਫਲਿੱਪਕਾਰਟ ਵੱਲੋਂ ਚਲਾਈ ਜਾ ਰਹੀ ਇਸ ਫਲਿੱਪਕਾਰਟ ਬਿਗ ਸੇਵਿੰਗ ਡੇ ਸੇਲਸ ਵਿੱਚ smartphones ਤੋਂ ਲੈ ਕੇ accessories fashion ਹਰ ਸਾਲ ਇੱਕੋ ਹੀ ਤਰ੍ਹਾਂ ਦੇ ਪ੍ਰੋਡਕਟ ਉੱਤੇ ਬਿਗ ਡਿਸਕਾਊਂਟ ਵੱਡੀ ਛੋਟ ਮਿਲ ਰਹੀ ਹੈ ਜਾਣਿਆ ਕਿਸ ਚੀਜ਼ ਉੱਤੇ ਕਿੰਨੇ ਛੋਟ ਮਿਲ ਰਹੀ ਹੈ Redmi 9i sports smartphone ਇਸ smartphone ਤੇ ਆਮ ਤੌਰ ਤੇ ਕੀਮਤ ਜਿਹੜੀ 9 9999 ਰੁਪਏ ਜਾਨਕਿ 10000 ਰੁਪਏ ਪਰ ਫਲਿੱਪਕਾਰਟ ਇਸ smartphone ਨੂੰ 12% ਛੋਟ ਉੱਤੇ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਸ ਦੀ ਕੀਮਤ 8899 ਰੁਪਏ ਤੇ ਆ ਜਾਂਦੀ ਹੈ ਇਸ ਦੇ ਨਾਲ ਹੀ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ ਜਾਨੀ ਕਿ ਜੇਕਰ ਤੁਸੀਂ ਆਪਣੇ ਕਿਸੇ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 8250 ਰੁਪਏ ਦੀ ਛੋਟ ਮਿਲੇਗੀ ਜਿਸ ਨਾਲ ਇਸ ਸਮਾਰਟਫੋਨ ਦੀ ਕੀਮਤ ਘਟ ਕੇ 550 ਉਤੇ ਆ ਜਾਵੇਗੀ ਇਨਫਨਿਕਸ ਹੌਟ 22 ਪਲੇ ਹੈਗਾ ਜੀ ਇਹ ਆਪਣੇ ਸੈਗਮੈਂਟ ਵਿੱਚ ਸਭ ਤੋਂ ਵਧੀਆ smartphones ਵਿੱਚੋਂ ਇੱਕ ਹੈ ਇਸ smartphone ਦੀ ਕੀਮਤ ਲਗਭਗ 11999 ਪਰ ਤੁਹਾਨੂੰ flipkart ਦੇ big saving days sale ਵਿੱਚ ਇਸ smartphone ਤੇ 25% discount ਮਿਲ ਰਿਹਾ ਜੀ ਜਿਹੜੇ ਇਹ ਫੋਨ ਤੁਹਾਨੂੰ 9999 ਰੁਪਏ ਦਾ ਜਿਹੜਾ 9000 ਰੁਪਏ ਦਾ ਮਿਲ ਰਿਹਾ ਹੈ پوਕੋ ਦਾ X4 ਜਿਹੜਾ pro ਹੈਗਾ ਜੀ ਉਹ ਵੀ ਸਸਤਾ ਮਿਲ ਰਿਹਾ ਜਿਹੜਾ ਪਹਿਲਾਂ ਸੀਗਾ 14999 ਰੁਪਏ ਦਾ ਸੀ ਪਰ ਹੁਣ ਤੁਹਾਨੂੰ ਇਹ ਫੋਨ ਫਲਿੱਪਕਾਰਟ ਦੇ 10490 ਰੁਪਏ ਵਿੱਚ ਮਿਲ ਰਿਹਾ ਹੈ ਸਮਾਰਟ ਟੀਵੀ ਤੇ ਵੀ ਇੱਕ ਭਾਰੀ ਛੋਟ ਦਿੱਤੀ ਜਾ ਰਹੀ ਹੈ ਜਿ세 ਤਰ੍ਹਾਂ ਕਾਫੀ ਜਿਹੜੇ ਪ੍ਰੋਡਕਟ ਅਜਿਹੇ ਨੇ ਜੋ ਫਲਿੱਪਕਾਰਟ ਤੇ ਸਸਤੇ ਵਿੱਚ ਮਿਲ ਰਹੇ ਨੇ ਬਿਹਾਰ ਵਿੱਚ ਟੁੱਟ ਸਕਦਾ ਹੈ ਜੀਡੀਯੂ ਭਾਜਪਾ ਗੱਠਜੋੜ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਤਿਆਰੀ ਚ ਨਿਤਿਸ਼ ਕੁਮਾਰ ਬਿਹਾਰ ਵਿੱਚ ਜੀਡੀਪੀ ਭਾਜਪਾ ਗੱਠਜੋੜ ਇੱਕ ਵਾਰ ਫਿਰ ਟੁੱਟ ਸਕਦਾ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਦਿਨਾਂ ਵਿੱਚ ਜੀਡੀਪੀ ਭਾਜਪਾ ਤੋਂ ਵੱਖ ਹੋਣ ਦਾ ਐਲਾਨ ਕਰ ਸਕਦੀ ਹੈ ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਰਾਸ਼ਟਰੀ ਜਨਤਾ 당ਲ ਖੱਬੇ ਮੋਰਚੇ ਅਤੇ ਕਾਂਗਰਸ ਨਾਲ ਮਿਲ ਕੇ ਬਦਲਵੀਂ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੇ ਨੇ ਪੰਜਾਬ ਦੇ ਇਸ ਜ਼ਿਲ੍ਹੇ ਚ 9 ਅਗਸਤ ਦੀ ਛੁੱਟੀ ਦਾ ਐਲਾਨ ਸਕੂਲ ਕਾਲਜ ਰਹਿਣਗੇ ਬੰਦ ਹੈ ਜੀहां ਦੋਸਤੋ ਪੰਜਾਬ ਸਰਕਾਰ ਦੇ ਹੁਕਮਾਂ ਦੀ ਪੱਲਣਾ ਕਰਦੇ ਹੋਏ ਮਲੇਰਕੋਟਲਾ ਦੇ ਡੀਸੀ ਨੇ ਜ਼ਿਲ੍ਹੇ 'ਚ 9 ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਹੈ ਡੀਸੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ ਇਸ ਦਿਨ ਸਮੂਹ ادارے ਬੰਦ ਰਹਿਣਗੇ ਦਰਅਸਲ 9 ਅਗਸਤ ਨੂੰ ਮੁਹਰਮ ਹੈ ਅਤੇ ਇਸ ਜ਼ਿਲ੍ਹੇ 'ਚ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਵੱਡੀ ਗਿਣਤੀ 'ਚ ਰਹਿੰਦੇ ਨੇ ਜੋ ਕਿ ਇਸ ਦਿਨ ਪ੍ਰਤੀ ਕਾਫੀ ਸ਼ਰਧਾ ਰੱਖਦੇ ਨੇ ਇਸ ਲਈ ਜਿਹੜੀ 9 ਅਗਸਤ ਦੀ ਛੁੱਟੀ ਹੋਵੇਗੀ ਇਸ ਦਿਨ ਸਾਰੇ ਜਿਹੜੇ ਸਕੂਲ ਕਾਲਜ ਦੇ ਸਰਕਾਰੀ ادارے ਬੰਦ ਰਹਿਣਗੇ ਖੇਤੀ ਕਾਨੂੰਨਾਂ ਮਗਰੋਂ ਮੋਦੀ ਸਰਕਾਰ ਚੌਪਟ ਪੀਤੇ ਲਿਆ ਰਹੀ ਹੈ ਬਿਜਲੀ ਸੋਧ ਬਿੱਲ ਕਿ ਕਿਸਾਨਾਂ ਤੇ ਆਮ ਲੋਕਾਂ ਤੋਂ ਖੁਸੇਗੀ ਮੁਫਤ ਬਿਜਲੀ ਦੀ ਸਹੂਲਤ ਜੀਹਾਂ ਦੋਸਤੋ ਅੱਜ ਦੀ ਇੱਕ ਵੱਡੀ ਖਬਰ ਹੈ ਜੀ ਕਿ ਬਿਜਲੀ ਸੋਧ ਬਿੱਲ 2022 ਦੇ ਸਿਆਸੀ ਕੰਮਾਂ ਸ਼ੁਰੂ ਹੋ ਗਿਆ ਹੈ ਚਰਚਾ ਹੈ ਕਿ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ ਸੰਸਦ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਨੇ ਸੋਧ ਬਿੱਲ ਬਾਰੇ ਸੂਬਿਆਂ ਤੋਂ ਕੋਈ مشਵਰਾ ਤੱਕ ਨਹੀਂ ਲਿਆ ਕੀਤੀ ਕਰਨ ਉਹਨਾਂ ਵਾਂਗ ਬਿਜਲੀ ਸੋਧ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਵਿਚਾਰ ਚਰਚਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਵਿਰੋਧੀ ਧਿਰਾਂ ਤੇ ਕਿਸਾਨ ਜਿੱਥੇ ਬੰਦੀਆਂ ਨੇ ਖਾਲੀਸ਼ਾ ਪ੍ਰਗਟਾਇਆ ਕਿ ਬਿਜਲੀ ਸੋਧ ਬਿੱਲ ਜੇਕਰ ਐਕਟ ਦਾ ਰੂਪ ਆ ਧਾਰਨ ਕਰਦੇ ਤਾਂ ਸੂਬਿਆਂ ਵਿੱਚ ਬਿਜਲੀ ਦੀ ਵੰਡ ਦਾ ਖੇਤਰ ਨਹੀਂ ਜੀ ਕੰਪਨੀ ਵਾਲੇ ਖੋਲ ਦਿੱਤਾ ਜਾਵੇਗਾ ਤੇ ਸੂਬਾ ਹੀ ਬਿਜਲੀ ਰੈਗੂਲੇਟਰ ਕਮਿਸ਼ਨਰ ਦੇ ਹੱਥ ਵੀ ਬਣੇ ਜਾਣਗੇ ਬੀਲੀ ਮਾਰਾਂ ਦਾ ਵੀ ਮੰਨਣਾ ਕਿ ਬੇਸ਼ੱਕ ਮੁਰਲੇ ਪੜਾਤੇ ਬੀਲੇ ਸੋਤੇ ਬਿਲ ਜਰੀਏ ਪ੍ਰਾਈਵੇਟ ਕੰਪਨੀਆਂ ਨੂੰ ਬੀਲੇ ਦੇ ਡਿਸਟ੍ਰੀਬਿਊਸ਼ਨ ਦਾ ਕੰਮ ਦਿੱਤਾ ਜਾਵੇਗਾ ਪਰ ਇਹ ਕਹਿੰਦਾ ਸਰਕਾਰ ਦਾ ਲੋਕਵਾ এজেন্ডਾ ਕਿਉਂਕਿ ਨੀਜੀਕਰਨ ਮਗਰੋਂ ਖਫਤ ਕਰਨ ਤਾਂ ਸਬਸਿਡੀਆਂ ਖੋਹ ਲਈਆਂ ਜਾਣਗੀਆਂ ਪੰਜਾਬ ਵਿੱਚ ਵੀ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਕੋਲੋਂ ਮੁਫਤ ਬੀਲੀ ਸਹੂਲਤ ਖੁੱਸ ਜਾਵੇਗੀ ਪੰਜਾਬ ਵਿੱਚ ਲੰਪਿਸ ਕਹਿੰਦਾ ਵਧਿਆ ਕਹਿਰ ਵਿਗੜ ਦੇ ਹਾਲਾਤ ਵਿੱਚ ਸਰਕਾਰ ਨੇ ਲਿਆ ਅਹਿਮ ਫੈਸਲਾ ਪੰਜਾਬਾਇਓ ਚ ਲੰਪਿਸ ਕਿੰਦੇ ਦਾ ਕਹਿਰ ਵਧਦਾ ਜਾ ਰਿਹਾ ਜੀ ਹੁਣ ਤੱਕ 3000 ਤੋਂ ਵੱਧ ਪਸ਼ੂ ਇਸ ਚਾਮੜੀ ਰੋਗ ਦੀ ਮਾਰ ਹੇਠ ਆ ਚੁੱਕੇ ਨੇ ਸਰਕਾਰ ਸੂਤਰਮ ਤੱਕ 600 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਆ ਹਾਲਾਤ ਵਿਗੜਦੇ ਵੇਖ ਪੰਜਾਬ ਸਰਕਾਰ ਵੱਲੋਂ ਲੰਪਿਸ ਕਿੰਦੇ ਫਲਾ ਨੂੰ ਠੱਲਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਸੂਬੇ ਵਿੱਚ ਲਿਜਾਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਬਿਮਾਰੀ ਦੇ ਬੱਦੇ ਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਨੇ ਉਧਰ ਕੈਰਮਟ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਹైదరాబాద్ ਤੋਂ ਚੇਚੇ ਤੋਤੇ ਗੌਟ pox ਦਵਾਈ ਦੀ 64660 ਡੋਜ਼ ਮੰਗਾ ਕੇ ਸੂਬੇ ਪਰਵਚ ਚ ਵੰਡੀ ਗਈ ਹੈ ਤੇ ਹੋਰ ਦਵਾਈਆਂ ਵੀ ਮਗਵਾਈਆਂ ਜਾ ਰਹੀ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਰੇ ਪਸ਼ੂਆਂ ਨੂੰ ਖੁੱਲੇ ਵਿੱਚ ਨਾ ਸੁੱਟ ਕੇ ਸਗੋਂ ਦਫ਼ਨ ਕੀਤਾ ਜਾਵੇ ਹਾਲ ਹੀ ਦੀ ਘੜੀ ਦੂਜੇ ਰਾਜਾਂ ਤੋਂ ਪਸ਼ੂ ਖਰੀਦ ਕੇ ਪੰਜਾਬ ਅੰਦਰ ਨਾ ਲਿਆਂਦੇ ਜਾਣ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਗੁਰਪਤਵੰਤ ਪੰਨੋ ਦੀ ਸੀਐਮ ਭਗਵਾਨਤਮਨ ਧਮਕੀ ਕੌਮੀ ਝੰਡਾ ਲਹਿਰਾਇਆ ਤਾਂ ਅੰਜਾਮ ਬੁਰਾ ਹੋਵੇਗਾ ਪਾਵਨ ਦੀ ਸ਼ੁਦਾ ਸੰਗਠਨ ਅਸੇ ਕਫਰ ਜਸਟਿਸ ਦਾ ਮੁਖ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਮੋੜ ਢੜਕਾਉ ਬਿਆਨਬਾਜ਼ੀ ਕੀਤੀ ਹੈ ਇਸ ਵਾਰ ਉਸਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਕੌਮੀ ਚੰਡਲ ਹਰਾਉਣਗੇ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਅਦਰਸਾ ਰੈਫਰੈਂਡਮ 2020 ਦੀ ਵਕਾਲਤ ਕਰਨ ਵਾਲੀ ਗੁਰਪਤਵੰਤ ਸਿੰਘ ਪੰਨੂ ਨੇ 57 ਸਕੰਡ ਦੀ ਇੱਕ ਵੀਡੀਓ ਜਾਰੀ ਕਰਕੇ ਲੁਧਿਆਣਾ ਵਿੱਚ ਹੋਣ ਵਾਲੇ ਆਜ਼ਾਦੀ ਸਮਾਗਮ ਮੌਕੇ ਧਮਾਕਾ ਕਰਨ ਦੀ ਧਮਕੀ ਦਿੱਤੀ ਹੈ ਇਸ ਵੀਡੀਓ ਵਿੱਚ ਪਹਿਲਾਂ ਕੌਮੀ ਝੰਡਾ ਛੱਡਦਾ ਦਿਖਾਇਆ ਗਿਆ ਤੇ ਬਾਅਦ ਵਿੱਚ ਇੱਕ ਰੇਲਵੇ ਲਾਈਨ ਦਿਖਾਈ ਗਈ ਹੈ ਗੁਰਪ੍ਰਤਵੰਤ ਪੰਨੂ ਵੱਲੋਂ ਦਾਵਾ ਕੀਤਾ ਗਿਆ ਕਿ ਇਹ ਰੇਲਵੇ ਲਾਈਨ ਲੁਧਿਆਣਾ ਦੀ ਹੈ ਪਰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਵੀਡੀਓ ਲੁਧਿਆਣਾ ਦਾ ਨਹੀਂ ਇਸ ਦੇ ਨਾਲ ਹੀ ਪੰਨੂ ਨੇ ਲੁਧਿਆਣਾ ਵਿੱਚ ਹੋਣ ਵਾਲੇ ਆਜ਼ਾਦੀ ਦੇਸ਼ ਦੇ ਸੁਭਾਪਦੇ ਸਮਾਗਮ ਨੂੰ ਵਿੱਚ ਚੁਣੌਤੀ ਦਿੱਤੀ ਉਸਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਕੌਮੀ ਝੰਡਾ ਲਹਿਰਾਉਣਗੇ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਖਾਣਾ ਪਕਾਉਣ ਵਾਲਾ ਤੇਲ ਹੋਇਆ ਸਸਤਾ ਜਲਦੀ ਹੀ 10 ਰੁਪਏ ਹੋਰ ਘਟੇਗੇ ਕੀਮਤ ਪਿਛਲੇ ਹਫਤੇ ਤੇਲ ਦੀਆਂ ਕੀਮਤਾਂ ਚਾਹੀ ਗਿਰਾਵਟ ਕਰਨ ਦੇਸ਼ ਭਰ ਦੇ ਤੇਲ ਬਾਜ਼ਾਰ ਚ ਸਰੋਂ, ਮੂੰਗਫਲੀ, ਸੋਇਆਬੀਨ, ਕਪਾਹ, ਕੱਚਾ ਪਾਮ ਆਇਲ ਪਾਮੋਲੀ ਨੇ ਕੀਮਤਾਂ ਚ ਗਿਰਾਵਟ ਅੱਜ ਕੀਤੀ ਗਈ ਹੈ ਵਪਾਰੀਆਂ ਨੇ ਕਿਹਾ ਕਿ ਸਸਤੇ ਦਰਾਮਦਕਾਰਨ ਤੇਲ ਬੀਜਾਂ ਦੀਆਂ ਕੀਮਤਾਂ ਪਿਛਲੇ ਹਫਤੇ ਡਿੱਗ ਗਈਆਂ ਨੇ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਸੀਪੀਓ ਦੀ ਕੀਮਤ ਵਿੱਚ ਗਿਰਾਵਟ ਆਈ ਹੈ ਦਰਾਮਦਕਾਰਾ ਦਾ ਤੇਲ ਮੰਦਰਗਾ ਤੇ ਪਿਆ ਹੈ ਜਾਣ ਕੇ ਕੀਮਤ ਡਿੱਗਣ ਨਾਲ ਉਹ ਸਸਤੇ ਭਾਅ ਵਿੱਚ ਚਲੇ ਮਜਬੂਰ ਹਨ ਇਸ ਤੋਂ ਇਲਾਵਾ ਸੀਪੀਓ ਸੂਰਜਮੁਖੀ ਅਤੇ ਪਾਮੋਲਿਨ ਤੇਲ ਦੀ ਅਗਲੀ ਖੇਵ ਦੀ ਕੀਮਤ ਮੌਜੂਦਾ ਕੀਮਤ 20 ਤੋਂ 30 ਰੁਪਏ ਪ੍ਰਤੀ ਕਿਲੋ ਘਟਾ ਹੋਵੇਗੀ ਹੁਣ 7500 ਰੁਪਏ ਵਿੱਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ ਜਲਦੀ ਕਰੋ ਅਪਲਾਈ ਕੈਨੇਡਾ ਬਹੁਤ ਵਧੀਆ ਟੂਰਿਸਟ ਪਲੇਸ ਹੈ ਆਪਣੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਦੁਨੀਆ ਭਰ ਦੇ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਨੇ ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਲਾਉਣਾ ਚਾਹੁੰਦੇ ਤਾਂ ਇਹ ਖਾਸ ਮੌਕਾ ਨਾ ਗਵਾਓ ਹੁਣ ਤੁਸੀਂ 7500 ਰੁਪਏ ਵਿੱਚ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ ਕੈਨੇਡਾ ਦਾ ਟੂਰਿਸਟ ਵੀਜ਼ਾ ਤੁਹਾਡੀ ਯੋਗਤਾ ਦੇ ਅਧਾਰ ਤੇ ਮਿਲਦਾ ਪਰ ਪੰਜਾਬ ਦੇ ਲੋਕਾਂ ਨਾਲ ਟੂਰਿਸਟ ਵੀਜ਼ੇ ਦੇ ਨਾਂ ਤੇ ਬਹੁਤ ਠੱਗੇ ਹੋ ਰਹੀ ਹੈ ਕਈ ਅਜਿਹੇ ਏਜੰਟ ਨੇ ਜੋ ਟੂਰਿਸਟ ਵੀਜ਼ਾ ਲਗਵਾਉਣ ਦਾ ਚਾਂਸਾ ਦੇ ਕੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਭਾਜ ਜਾਂਦੇ ਨੇ ਜੇਕਰ ਤੁਸੀਂ ਟੂਰਿਸਟ ਵੀਜ਼ੇ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਹੀ ਏਜੰਟ ਦੀ ਸਹਾਇਤਾ ਲਓ ਹੋਰ ਜਾਣਕਾਰੀ ਲਈ ਤੁਸੀਂ 8264346086 ਤੇ ਸੰਪਰਕ ਕਰ ਸਕਦੇ ਤੇ ਆਪਣੀ ਜਿਹੜੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕੇਂਦਰ ਵੱਲੋਂ ਰਾਸ਼ਨ卡ਟ ਜਾਰੀ ਕਰਨ ਲਈ ਨਵੇਂ ਰਜਿਸਟ੍ਰੇਸ਼ਨ ਸੇਵਾ ਦੀ ਸ਼ੁਰੂਆਤ ਕੇਂਦਰ ਸਰਕਾਰ ਨੇ ਰਾਸ਼ਨ卡ਟ ਬਣਵਾਉਣ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਸਰਕਾਰ ਨੇ ਸ਼ੁੱਕਰਵਾਰ ਨੂੰ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਨ卡ਟ ਜਾਰੀ ਕਰਨ ਲਈ ਰਜਿਸਟ੍ਰੇਸ਼ਨ ਸਹੂਲਤ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਦਾ ਉਦੇਸ਼ ਬੇਕਾਰ ਬੇਸਹਾਰਾ ਪ੍ਰਵਾਸੀਆਂ ਨੂੰ ਇਸ ਰਾਹੀਂ ਰਾਸ਼ਨ卡ਟ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਇਸ ਦੇ ਨਾਲ ਹੀ ਸਰਕਾਰ ਅਜਿਹੇ ਲੋਕਾਂ ਨੂੰ ਸਸਤਾ ਅਨਾਜ ਵੀ ਮਹਈਆ ਕਰਵਾਉਣਾ ਚਾਹੁੰਦੀ ਹੈ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਲਾਪਤ 81.35 ਕਰੋੜ ਲੱਖਾਂ ਦੇ ਕਰੋੜ ਲੋਕਾਂ ਦੇ ਕਵਰੇਜ ਦਿੰਦਾ ਹੈ ਤੇ ਇਸ ਐਕਟ ਤਹਿਤ ਹੁਣ ਤਾਈ ਲਗਭਗ 79.99 ਕਰੋੜ ਦੋਕਰ ਸਬਸਿਡੀ ਵਾਲੀਆਂ ਦਰਾਂ ਤੇ ਅਨਾਜ ਮਹਈਆ ਹੋ ਰਿਹਾ ਜਾਣੀ ਅਜੇ 1.58 ਕਰੋੜ ਹੋਰ ਲਾਪਤ ਨੇ ਸਕੀਮ ਤਹਿਤ ਜੋੜਿਆ ਜਾ ਸਕਦਾ ਹੈ ਅਧਿਕਾਰੀਆਂ ਮੁਤਾਬਕ ਇਸ ਦੀ ਨਵੀਂ ਸ਼ੁਰੂਆਤ ਰਹੀ ਹੈ ਜਿਹੇ ਲੋਕਾਂ ਦੀ ਮਦਦ ਹੋਵੇਗੀ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਨੇ ਕਾ ਦੋਸਤੋ ਇਸsing ਆਪਣੀਆਂ ਇਸ ਵਲੇ ਦੀਆਂ ਦੁਪਹਿਰ ਦੀਆਂ ਤਾਜ਼ਾ ਤਰੀਆਂ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਆਪਣੇ ਇਸ ਜਾਣਕਾਰੀ ਨੂੰ ਵਾਅਦਾ ਲਾਈਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੀ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ